ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਾਗ ਸੇਲ ਲੈ ਕੇ ਆਏ ਜੀ। ਪਹਿਲੇ ਨੰਬਰ ਤੇ ਬੱਚੀ ਆ ਬਈ, ਖੀਰੀ ਬੱਚੀ ਆ, ਦੋ ਨੰਬਰ ਬੈਡ ਵੀ ਸੁਣ ਵਾਲੀ ਆ, ਤਿੰਨ ਨੰਬਰ ਵੀ ਸੁਣ ਵਾਲੀ ਆ। ਆਓ ਪੁੱਛ ਲੈਣੇ ਬਾਈ ਤੁਹਾਡੇ। ਹਾਂਜੀ ਬਾਈ, ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ, ਹੋਰ ਠੀਕ ਹੋ? ਵਧੀਆ ਵਧੀਆ ਵੀ ਡਾਕਟਰ। ਨਾਮ ਤੇ ਐਡਰੈਸ ਬੋਲ ਨਾ ਡਾਕਟਰ। ਸੋਨੂ ਆ, ਪਿੰਡ ਹਿੰਮਤਪੁਰਾ, ਜ਼ਿਲ੍ਹਾ ਮੋਗਾ, ਤੁਸੀਂ ਨਿਹਾਲ ਸਿੰਘ? ਨੇੜੇ ਪਿੰਡ ਬਈ। ਨੇੜੇ ਡਾਕਟਰ, ਆਪਾਂ ਰਹਿੰਦਾ ਨਿਹਾਲ ਸਿੰਘ ਵਾਲਾ, ਬਿਲਾਸਪੁਰ ਤੇ ਮਾਛੀ। ਮੋਬਾਈਲ ਨੰਬਰ ਬੋਲ ਦਿਓ। ਮੋਬਾਈਲ ਨੰਬਰ ਹੈਗਾ 8790997। ਠੀਕ ਆ ਬਾਈ। ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ, ਕਿੰਨੀ ਉਮਰ ਹੈ ਜੀ? ਇਹ ਡਾਕਟਰ ਹੈਗੀ ਆ ਬਈ 16 ਮਹੀਨੇ ਜੀ। ਅੱਛਾ, ਹਾਂ ਵੀਰੇ। ਠੀਕ ਆ, ਤੇ ਸੀਮਨ ਲੱਗੇ ਨੇ ਇਹਦੇ ਅੱਜ 20 ਦਿਨ ਹੋ ਗਏ ਆ। ਠੀਕ ਆ, ਤੇ ਇਹਦੇ ਪੇਪਰ ਦਾ ਲੱਗਿਆ ਵਾ ਸੈਕਸਰ ਸੀਮਨ ਆ, ਸਟਾਫ ਵੀ ਨਾਲ ਹੀ ਆ। ਬਹੁਤ ਠੀਕ ਆ ਬਈ, ਸਟਾਫ ਬਾਈ ਕੋਲੇ ਹੈ। ਆ ਵੀ ਸੈਕਸਰ ਸੀਮਨ ਦੀ ਆ, ਖੁਦ ਵੀ ਸੈਕਸਰ ਦੀ ਆ। ਠੀਕ ਆ, ਅੱਗੇ ਵੀ ਸੈਕਸਰ ਹੀ ਲੱਗਿਆ। ਅੱਗੇ ਵੀ ਸੈਕਸਰ ਹੀ ਲੱਗਿਆ ਵਾ ਬਈ। ਠੀਕ ਆ ਬਈ, ਸਟਾਫ ਬਾਈ ਦੇ ਕੋਲੇ ਆ ਬਈ, ਜਿਹੜੇ ਸੀਮਨ ਤੋਂ ਲੱਭਣਾ। 20 ਦਿਨ ਹੋ ਗਏ। ਹਾਂ 20 ਦਿਨ, 20 ਤੋਂ 25 ਦਿਨ ਹੋ ਗਏ। 20 ਤੋਂ 25 ਦਿਨ ਹੋ ਗਏ। ਠੀਕ ਆ, ਖੋਲ ਦੇ ਬਈ, ਤੋਰ ਦੇ। ਫੇਸ ਬੜਾ ਪਿਆਰਾ, ਫਾਰਮ ਚੋਂ ਬਾਈ ਨੇ ਬੱਚੀ ਲਈ ਆ। ਫੁੱਲ ਕੱਦ ਆ, ਫੁੱਲ ਰਾਜੀ ਆ, ਝੋਲੀ ਕਮਾਲ ਆ, ਚੰਗੀ ਆ ਬੱਚੀ। ਮਾਂ ਦਾ ਦੁੱਧ ਕਿੰਨਾ ਬਈ? ਦੁੱਧ ਦੀ ਮਾਂ ਨੇ ਡਾਕਟਰ 45 ਕਿਲੋ ਦਿੱਤਾ ਹੈ, ਕੰਡੇ ਵਾਲਾ ਜਮਾ। 45 ਲੀਟਰ ਦੁੱਧ ਬਾਈ ਨੇ ਦੀ ਮਾਂ ਦਾ ਦੱਸਿਆ। ਤੋਰਾ ਤਾਰਾ ਚੰਗਾ, ਬੱਚੀ ਚੰਗੀ ਆ, ਪੱਧਰ ਪੁੱਧਰਾ ਰਾਜੀ ਰੂਜੀ, ਫੁੱਲ ਝੋਲੀ ਕਮਾਲ ਦੀ ਆ, ਬਲ ਬੁਲ ਬਹੁਤ ਦਿਖਾਉਂਦੀ ਆ ਬਈ ਝੋਲੀ ਤੇ। ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ। ਫੇਸ ਬੜਾ ਪਿਆਰਾ ਯਾਰ, ਹਨਾ? ਹਾਂ ਡਾਕਟਰ, ਟੌਪ ਬਰੀਡ ਹੀ ਆ ਬੱਸ। ਗੁਲਾਬੀ ਨਾਸਾਂ ਨੇ ਬਾਈ ਲੈ, ਦੰਦ ਦਿਖਾਉਣੇ ਬਾਈ। ਠੀਕ ਆ, ਉਹਨਾਂ ਨੇ ਤਾਂ ਦੇਤੀ ਆਪਾਂ ਨੂੰ, ਫਾਰਮ ਵਾਲਾ ਬੰਦਾ ਬੱਸੀ ਦਿੰਦਾ ਨੇ, ਉਹਨਾਂ ਨੇ ਭਈਏ ਭੱਜ ਗਏ ਆ। ਅੱਛਾ, ਹਾਂ ਉਹਨਾਂ ਨੇ ਫਾਰਮ ਦਾ ਨੂੰ ਘਟਾਤਾ ਹੁਣ। ਠੀਕ ਆ, ਤੇ ਕੀ ਮੁੱਲ ਆ ਜਾਇਜ਼ ਦਾ? ਫੋਨ ਤੇ ਕਰ ਲਾਂ, ਮੁੱਲ ਆ ਜਿਹੜਾ ਬੱਚੀ ਦੇ ਹਿਸਾਬ ਨਾਲ ਜਾਇਜ਼ ਹੋਊਗਾ। ਝੋਲੀ ਦਿਖਾ ਦਿੰਦੇ, ਬਲ ਬੁਲ ਬਹੁਤ ਆ, ਸਾਰੀਆਂ ਬਲ ਢਿੱਲਾਂ ਨੇ ਦੇਖ ਸਕਦੇ ਹੋ ਬਈ, ਤੇ ਲੇਵਾ ਲੂਵਾ ਕਰਨ ਵਾਲੀ ਬਹੁਤ ਚੰਗਾ ਬਣਾਉਗੀ। ਸਹੀ ਗੱਲ ਆ, ਜਦੋਂ ਉਹਨਾਂ ਨੇ ਮੰਨ ਕੇ ਚੱਲ ਦੋਂਦੀ ਹੋਣਾ ਸੋਨਾ ਬੱਸੀ ਨੇ, ਉਦੋਂ ਤਾਂ ਗੱਲਾਂ ਕੁਛ ਹੋਈ ਹੋ ਜਾਣੀ, ਬਾਕੀ ਮੂਹਰੇ ਚੰਗੀ ਰੋਤੀ ਹੁੰਦੀ ਆ। ਸਹੀ ਗੱਲ ਆ, 2-2.5 ਲੱਖ ਦੀ ਕਿਤੇ ਨੀ ਗਈ ਉਦੋਂ ਮੂਹਰੇ ਤਿਆਰ ਕਰਕੇ ਭੇਜਣੇ ਗਏ। ਅੱਗੇ ਭਰਾ ਦੋ ਨੰਬਰ ਕਿਹੜਾ ਸੂਆ? ਇਹ ਡਾਕਟਰ ਵੀ ਸੁਣਦੀ ਆ, ਤੀਜੇ ਸੂਏ। ਕਿੰਨੇ ਦਿਨ ਲੈਂਦੀ ਆ? ਲੈਣੇ ਦੇ ਪਏ 8-9 ਦੇ ਵੀ ਉਸੇ ਬਾਰੂ ਜੀ। ਠੀਕ ਆ, ਕੀ ਰਿਕਾਰਡ ਆ ਦੁੱਧ ਦਾ? ਦੁੱਧ ਨੇ ਡਾਕਟਰ ਦਿੱਤਾ 30 ਕਿਲੋ ਬਈ। 30 ਕਿਲੋ, ਹਾਂ ਠੀਕ ਆ। ਸੂਨ ਦੇ ਵਿੱਚ 8-9 ਦਿਨ ਪਏ, ਸੀਲ ਠੰਡੀ ਬਹੁਤ ਆ, ਬਾਕੀ ਸਾਨੂੰ ਤੁਹਾਨੂੰ ਬਹੁਤ ਚੰਗਾ ਲੱਗਿਆ। ਬੜਾ ਕਮਾਲ ਦਾ ਨਾ, ਮੁੱਠੀ ਵਾਲਾ ਨਾਲਾ ਨੂੜਾ ਫੁੱਲ ਚੰਗੀਆਂ, ਹਨਾ? ਖੋਲ ਦੇ ਬਈ, ਤੋਰ ਕੇ ਦਿਖਾ ਦੇ। ਕੱਦ ਬਿੱਡ ਚੰਗਾ, ਰੰਗ ਰੂਪ ਚੰਗਾ, ਆਰਡਰ ਕਮਾਲ ਦਾ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ, ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਹੈਗਾ। ਕੱਚੀ ਜ਼ਰੂਰ ਆ ਬਾਈ, ਦੱਸਦਾ 8-9 ਦਿਨਾਂ ਦੀ ਕੱਚੀ ਆ, ਉਹਦੇ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ। ਬਸ ਤਿਆਰ ਕਰ ਲੈਣਾ, ਬੜਾ ਸਵੈਲਿੰਗ ਹੋਣ ਲੱਗ ਗਈ। ਸਹੀ ਗੱਲ ਆ ਬਈ, ਭਲਾ ਪਾਉਣ ਲੱਗ ਗਈ। ਹਾਂ ਭਲਾ ਪਾਉਣ ਲੱਗ ਗਈ। ਠੀਕ ਆ, ਦੋਤਾ ਵੀ ਮੰਨ ਕੇ ਚੱਲ ਗਰਮੀ ਦੇ ਹਿਸਾਬ ਨਾਲ ਇਸ ਵਾਰੀ 30-32 ਕਹਿ ਕੇ ਦਿੱਤੀ ਆਪਾਂ ਉਹਨਾਂ ਨੇ, ਆਪਾਂ 30 ਕਹਿ ਕੇ ਖਾ ਦੇ ਦਿੰਦੇ। ਠੀਕ ਆ ਬਾਈ, ਤੇ ਕੀ ਮੁੱਲ ਆ ਜਾਇਜ਼ਾ? ਇਹਦਾ ਮੁੱਲ ਵੀ ਫੋਨ ਤੇ ਕਰ ਲਾਂਗੇ ਡਾਕਟਰ, ਹੋ ਜਾਇਜ਼ਾ ਐਂਡ ਵੀ ਆਪਾਂ ਫੋਨ ਤੇ ਤਾਂ ਕਰਦੇ ਆ, ਬਸ ਫੋਨ ਕੇ ਜਾਈਏ। ਬਹੁਤ ਠੀਕ ਆ ਬਾਈ। ਅੱਗੇ ਵੀਰੇ 3 ਨੰਬਰ ਤੇ ਕਿਹੜਾ ਸੂਆ ਸੁਣਦੀ ਆ? ਇਹ ਡਾਕਟਰ ਕਲੂਨ ਸੁਣਦੀ ਆ ਬਾਈ, ਸਾਹੀਵਾਲ। ਕਿੰਨੇ ਦਿਨ ਲੈਂਦੀ ਆ? ਦਿਨ ਵੀ ਪਏ ਇਹਦੇ 12-13 ਦਿਨ। 12-13 ਦਿਨ, ਹਾਂ। ਪਲੂਣੀਆਂ ਸੀਲ ਠੰਡੀ ਬਥੇਰੀ ਆ, ਲੱਤਾਂ ਛੜਾ ਨਹੀਂ ਹੈਗੀ। ਕਿੰਨਾ ਕੁ ਦੁੱਧ ਦੇ? ਕਿੰਨਾ ਦੁੱਧ ਦੇ ਦੂਗਾ ਇਸ ਟੀਮ? ਦੁੱਧ ਬਈ ਹੁਣ ਹੋਊਗਾ ਡਾਕਟਰ, ਇਹਦਾ ਮੱਝਰਗਾ ਦੁੱਧ ਤਾਂ ਦੂਗੀ, ਪਹਿਲੇ ਸੂਏ ਮੰਨ ਕੇ ਚੱਲ 12-13 ਕਿਲੋ, ਐਵੇਂ 14-15 ਕਿਲੋ ਕਹਿਣ ਵਾਲਾ ਝੂਠ ਹੁੰਦਾ ਨਾ। ਠੀਕ ਆ, ਤੇ ਦੁੱਧ ਦੇ ਦੂਗੀ ਮੰਨ ਕੇ 12-13 ਕਿਲੋ ਖੁੱਲਾ ਹੱਸ ਕੇ। ਖੋਲ ਦੇ ਵਿੱਚ ਤੋਰ ਕੇ ਦਿਖਾ ਦੇ। ਰੰਗ ਰੂਪ ਚੰਗਾ, ਲਾਲ ਕਲਰ ਆ, ਡਿਮਾਂਡ ਚੰਗੀ ਆ, ਫੇਸ ਬੜਾ ਪਿਆਰਾ, ਝੋਲੀ ਝੋਲੀ ਚੰਗੀ ਆ, ਥਣ ਚੰਗਾ ਬਈ, ਚੰਗੀ ਆ ਬੜ, ਸਮੀ ਪਲੀ ਆ ਬਈ, ਦਿਨ ਲੈਂਦੀ ਆ, ਮੱਝਾਂ ਵਰਗਾ ਦੁੱਧ ਦਿਓ, ਫੈਂਟ ਫੁੱਲ ਆਊ, ਗਰਮੀ ਬਿਲਕੁਲ ਨਹੀਂ ਮੰਨਦੀ। ਤੇ ਕੀ ਮੁੱਲ ਆ ਜਾਇਜ਼ਾ?
ਇਹਦਾ ਦੱਸ ਦਿੰਦੇ ਮੁੱਲ ਆਰਡਰ ਆਪਾਂ ਜੇ ਤਾਂ ਹੁਣ ਤਿਆਰ ਹੁੰਦੀ 50-55 ਹਜ਼ਾਰ ਦੀ ਸੀ ਠੀਕ ਆ ਤੇ ਅੱਜ ਦੀ ਘੜੀ ਆਪਾਂ 45 ਹਜ਼ਾਰ ਦੀ ਦੇਣੀ ਠੀਕ ਆ ਬਾਈ ਬਸ 45 ਜੇ ਛੋਟੀ ਕਰਾਂਗੇ ਮਾੜੀ ਮੋਟੀ ਬਹੁਤ ਠੀਕ ਆ 45 ਹਜ਼ਾਰ ਰੁਪਇਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਸਨੱਖੀਆ ਝੋਲੀ ਝੋਲੀ ਚੰਗੀ ਆ ਥਾਣ ਥੋਣ ਚੰਗਾ ਗਾ ਕਿਸੇ ਵੀਰ ਦੇ ਬਾਈ ਤੰਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਇਹਦੇ ਨਾਲ ਫੋਟੋ ਕਰੀਏ